ਅਸੀਂ ਰਾਸਤੇ ਲੱਭ ਲੈ ਬਾਹਰ ਤੇ ਜਾਣ ਦੇ ਅਸੀਂ ਰਾਸਤੇ ਲੱਭ ਲੈ ਪਾਕਿਸਤਾਨ ਲੱਭ ਕੇ ਜਾਣ ਦੇ ਹੋਰ ਤਾਂ ਇੱਕ ਸਾਨੂੰ ਅੰਦਰ ਦਾ ਰਸਤਾ ਲੱਭਿਆ ਨਹੀਂ ਸਭ ਕੁਝ ਹੋ ਗਿਆ ਅਤੇ ਭਾਰਤਾਂ ਦਾ ਪਤਾ ਵੀ ਕੰਮ ਨਹੀਂ ਹੋ ਸਕਦਾ ਜਦੇ ਲੱਗ ਰਹੇ ਲੱਗਦੇ ਫਿਰ ਭਾਰਤਾਂ ਲਈ ਸਭ ਕੁਝ ਪਾਏ ਫਿਰ ਭਾਰਤਾਂ ਨੇ ਹੀ ਭਾਰਤ ਰੱਖਿਆ ਮਹਾਰਾ ਪਹਿਲਾ ਜੀ ਸਰਕਾਰ ਹੈ ਦੋ ਮਿੰਟ ਲੜੇ तो मैं आप सब का धन्यवाद करता हूँ जमा साथ खास करके स्नात सिंह जी इतनी बड़े ऐसे नगर के निवासी और लड़की रजीत कौर अजय कुमार जी आर्मी कमांडिंग ऑफिसर मेरा बहुत बहुत धन्यवाद दी ना आम सारे का क्योंकि बुरा समय आया ये सब को भी महानता तो सुधारनी है ना कि नानी कुमार ने छुट्टी हो गया ਕੀ ਕਹਿੰਦੀ ਨੇ ਨਾਨਕ ਮਾਣੀ ਸਾਸੋ ਕੀਤੀ ਪਰੇ ਦਿੱਤੇ ਰਵਿਦਾਸ ਚਮਾਰ ਉਸਤ ਕਰੇ ਹਰ ਕੀਰਤਨ ਨੂੰ ਕਿੰਦਾਏ ਪ੍ਰਤਿਤ ਚਾਰ ਉਤਮ ਪਿਆ ਚਾਰ ਵਰਨ ਵੇ ਪਾਤਾ ਚਾਰ ਵਰਨ ਦੇ ਲੋਕ ਪਹਿਲੀ ਸਤਗੁਰ ਦੇ ਪਹਿਲੇ ਪਿੰਦੇ ਸੀ ਇਹਦੇ ਵਿੱਚ ਸ਼ਾਮਿਲ ਨਾ ਨਾਨਕ ਜੀ ਮਹਲਾ ਪਹਿਲਾ ਲਿਖਿਆ ਹੋਇਆ ਉਹਦੀ ਅਜੀਬ ਪੰਕਤੀ ਕੀ ਕਹਿੰਦੀ ਹੈ ਜਨ ਨਾਨਕ ਤੇਰੇ ਨੂੰ ਮੰਨਦੇ ਨੇ ਪਰਸ ਜੀ ਕਿ ਭਾਤ ਅਗਲੇ ਪੱਲੇ ਤੇ ਆ ਗਿਆ ਤੇਰੀ ਦੀ ਸੇਵਾ ਤੇ ਹਰ ਪਾਇਆ ਨਿੰਦੇ ਦੰਦ ਕੇ ਪਵੇ ਸਿਰ ਸ਼ਾਰ ਸਿਰ ਨਿੰਦੇ ਵਾਲੇ ਨੇ ਨਿੰਦੇ ਦੇ ਨੇ ਉਹਦੇ ਸੱਤਾ ਗੁਰੂ ਜੀ ਕਹਿੰਦੇ ਸਵਾਹ ਪੈਂਦੀ ਆ ਤਾਂ ਇਸੇ ਤਰ੍ਹਾਂ ਦੀ ਸੇਵਾ ਕਰਕੇ ਪਰਮਾਤਮਾ ਦੀ ਪ੍ਰਭੂ ਦੀ ਪ੍ਰਾਪਤੀ ਹੋਈ ਸਾਨੂੰ ਜੋ ਤੁਸੀਂ ਬਾਹਰੋਂ ਸੁਣ ਰਹੇ ਨਾ ਕਥਾ ਆਵਾਜ਼ ਕਾ ਤੋਂ ਹੋ ਰਹੀ ਹੈ ਕਰ ਗਿਆ ਤਾਂ ਉਹ ਪੜਨਾ ਸ਼ਬਦ ਹੈ ਇਹਨੂੰ ਪੜਨਾ ਇਹਦੇ ਵਿੱਚ ਸੱਚ ਲਿਖਿਆ ਆਇਆ ਹੈ ਆਪ ਸੱਚ ਜੁਗਾਸ ਦਾ ਤਾਂ ਸਾਸਾ ਗੁਰੂ ਜੀ ਕਹਿੰਦੇ ਰਾਮ ਜੋ ਪੁੱਜੀ ਐਸੇ ਐਸੇ ਤੂੰ ਪ੍ਰਾਪਤ ਕਰ ਤੂੰ ਪ੍ਰਾਪਤ ਚੱਕੇ ਹੋ ਰਹੇ ਸੀ ਇਹ ਕਿਹਦੀ ਗੱਲ ਕਰ ਰਿਹਾ ਹੈ ਜੋ ਤੁਹਾਡੇ ਕੋਲ ਤੇ ਸੇ ਪਹਿਲਾਂ ਦਿਨਾਂ ਦਾ ਰਾਸ ਸੀ ਮਲਤਾਨ ਦੇ ਵਿੱਚ ਉਹਨਾਂ ਦੀ ਗੱਲ ਕਰ ਰਿਹਾ ਸੀ ਤੂੰ ਤੇ ਨਾਲ ਪਾਣੀ ਕੀ ਕਹਿੰਦੀ ਆ ਕਾਰਜਮ ਜੋ ਭਗਤ ਪਾਇਆ ਪਿਆ ਜਾਂ ਚੜਾਇਆ ਰਾਮ ਰਾਜੇ ਰਣਾ ਸੁਸ਼ਮਾ ਮਾਰਿਆ ਮੈਂ ਨਾ ਕਰਿਆ ਅੰਤਾਰੀਆਂ ਨੇ ਤੇਰਾ ਬਾਪੀਆਂ ਬਿਠਰੇ ਨਾ ਕਿਉਂ ਫੁਲਾਇਆ ਚੰਨ ਨਾਨਕ ਐਸਾ ਹਰ ਸੇ ਪਿਆ ਹੱਥ ਰਸ਼ਨਾ ਮੈਂ ਵੀ ਕਹਿੰਦਾ ਉਹਦਾ ਦਾ ਪੁੱਛਿਆ ਜਿੰਦਾ ਸਭ ਨਾਮ ਦੇ ਨੇ ਇਹ ਬਾਣੀ ਨੂੰ ਸਮਝਣਾ ਇਹਦੀ ਬਗੈਰ ਦੇ ਨਹੀਂ ਸਮਝਣਾ ਇਹਦੀ ਭਾਸ਼ਾ ਨੂੰ ਸਮਝਣਾ ਇਹ ਭਾਸ਼ਾ ਬਹੁਤ ਪੁਰਾਣੀ ਆ 800 ਸਾਲ ਅੱਜ ਦੀ ਭਾਸ਼ਾ ਨਹੀਂ ਹੁੰਦੀ ਤੇ ਇਹ ਇੱਕ ਮਨ ਚ ਹੋ ਕੇ ਸਾਹਮਣਾ ਪਏਗਾ ਉਹ ਅੱਜ ਬਸ ਇੰਨਾ ਹੀ ਜੈ ਗੁਰੂ ਤੇਰੇ ਵਾਹਿਗੁਰੂ ਜੀ ਦਾ ਪਾਸਾ ਵਾਹਿਗੁਰੂ ਜੀ ਖਤੇ ਮੇਰੇ ਕੋਲ ਆਪ ਸਭ ਦਾ ਧੰਨਵਾਦ ਸਤਿ ਦੇ ਪਰਮੇਸ਼ਰ ਦੇ ਸੇ ਆਪ ਨੂੰ ਬਹੁਤ ਬਹੁਤ ਬਧਾਈ ਕਿ ਸਤਿ ਦਾ ਪਰਮੇਸ਼ਰ ਦੇ ਹੋਇਆ 487 ਪੱਲੇ ਤੇ ਲਿਖਿਆ ਹੋਇਆ ਨਾ ਰਵਿਦਾਸ ਤੋਂ ਅੱਗਾ ਢੋ ਵੀ ਤੇ ਜੰਗ ਵੀ ਮਾਇਆ ਪਰਗਟ ਹੋਇਆ ਸਾਧ ਸੰਗ ਹਰ ਪਾਸ ਦਾ ਪਰਗਟ ਹੋਏ ਸਤਿ ਜੀ ਸਾਧ ਸੰਗ ਦੇ ਵਿੱਚ ਔਰ ਪਰਗਟ ਕਰਨੇ ਵਾਲੇ ਵਾਲਾ ਸਤਿਗੁਰੂ ਦਾ ਨਾਮ ਹੈ ਸਤਿਗੁਰੂ ਦਾ ਨਾਮ ਨਾਮ ਲੈਣ ਵਾਲੇ ਸਤਿਗੁਰੂ ਰਵਿਦਾਸ ਹੈ ਪਰ ਲੋਕ ਕੀ ਕਹਿੰਦੇ ਆ ਪੱਥਰਾਂ ਵਿੱਚੋਂ ਭਾਈ ਪਾ ਲਿਆ ਭਾਈ ਪ੍ਰਕਾਸ਼ ਦੇ ਮਾਰਾ ਸੁਣਾਉਣਗੇ ਬਾਹਮਣ ਪੁੱਜੇ ਦੇ ਉੱਤੇ ਉਹਦੀ ਬਾਹਰ ਇੱਕ ਇਹ ਪੱਥਰਾਂ ਵਿੱਚੋਂ ਮਰ ਗਿਆ ਭਾਈ ਗੁਰਦਾਸ ਜੀ ਦਾ ਗੁਰੂ ਅੱਜ ਤੇ ਜੀਦ ਦੀ ਗੱਲ ਹੀ ਨਹੀਂ ਮਿਲਦੀ ਉੱਤੇ ਸਿਰਲੇ ਸ਼ਬਦ ਲੱਗਾ ਹੈ ਗੋਬਿੰਦ 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 ਸਿੰਘ ਨਾਮ ਕੋ ਮੰਨੀ ਦਾ ਆਠ ਨਾਮ ਕੋ ਚਿਤਰੋ ਹੋਇਓ ਦਾ ਸੋ ਸਾਡੇ ਵਿਚਕਾਰ ਸੀਗੇ ਮੰਗਲ ਸਿੰਘ ਜੀ ਸਿਰਪਾ ਭੇਟ ਕਰਨਗੇ ਸਾਡੇ ਬਾਬਾ ਜੀ ਸਰਦਾਰ ਉਧਮ ਸਿੰਘ ਜੀ ਸਤਿਕਾਰਯੋਗ ਗੁਰੂ ਸਾਹਿਬ ਸੀਗੇ ਜੀ ਅਸੀਂ ਮਹਾਂਪੁਰਖਾਂ ਦੀਆਂ ਧੰਨਵਾਦੀਆਂ ਜਿਹਨਾਂ ਨੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਜਿਹਨਾਂ ਨੇ ਉਦਾਹਰਣਾਂ ਦੇ ਦੇ ਕੇ ਸਾਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਸ਼ਰਮਨ ਕਰਾਇਆ ਇਹੋ ਜਿਹੇ ਵਿਦਵਾਨ ਗੁਰੂ ਸਾਹਿਬ ਸਿੰਘ ਜੀ ਗਿਰਦੇ ਹੁੰਦੇ ਨੇ ਜਿਹਨਾਂ ਨੇ ਖੋਜ ਕੀਤੀ ਹੈ ਬਾਣੀ ਦੀ ਬਾਣੀ ਦੀ ਉਦਾਹਰਣਾਂ ਦੇ ਦੇ ਕੇ ਸਾਡੇ ਮਨ ਨੂੰ ਸ਼ਾਂਤੀ ਦਵਾਈ ਹੈ ਕਿ ਅੱਜ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੇ ਬਾਣੀ ਅੰਦਰ ਆਖਿਆ ਤੁਮ ਚੰਦਨ ਹਮ ਰਿੰਡ ਬਾਕਰੇ ਸੰਗ ਤੁਮਾਰੇ ਬਾਸਾ ਨੀਟ ਰੂਪ ਤੇ ਰੂਪ ਭਏ ਹੈ ਗੱਲ ਸੁਣ ਉਦਾਹਰਣਾਂ ਦੇ ਦੇ ਕੇ ਅਸੀਂ ਜਿਹਨਾਂ ਨੇ ਵਿਦੇਸ਼ਾਂ ਤੋਂ ਆ ਕੇ ਸਾਨੂੰ ਇਹ ਅਸੀਸਾਂ ਦਿੱਤੀਆਂ ਨੇ ਅਸੀਂ ਅਚਿੰਤ ਮਾਨੀਆਂ ਮਹਾਂਪੁਰਖਾਂ ਦੇ ਤੋਂ ਹੁਣ
महापुरखों सारे नजर वालों आशीर्वाद है गुरु साहब संत जी खालसा दल मुबारक दिन है एह जे परिवार गुरु साहब संत जी मन कहता है महापुरखों के एह जे बचन अनमोल बचन सरबड़ी कर दे गुरु साहब संत जी असीं अति धन्नवादी हाँ तो सारे नगर वालों अते प्रबंधकां वालों सम्मान दे रहे ने आओ प्यार नाल बहुत बहुत धन्यवाद आपके साथ मैं ये इकरार नहीं करना बात करना कि मैं कथावा कोई मैं यहाँ से ज्ञानी कुछ नहीं है मैं ये पाती हाँ ये मैं गुरबाणी में मेरे बाप ने मैंने कदम लाई है उन्हें शक नहीं दिया है गुरबाणी में मुझे कहनी है जितने दिन तोला कितने दिन जाना पैना सुखनाथ सिंह जी ने हुक्म किया तो मैं मना प्यार मैं बिलास से जा रहा वैसे लेकिन सतगुरु की कृपा पहले मैं जा रहा सी कि अज थोड़े दर्शन करने से हो गए सोले सोले पाए श्री रविदास महाराज की जय सो अपना सम्मान चिन्ह लेते हुए सरदार मंगल सिंह जी सुगल ने धर्म का संत किनका एक जिस जीव सावै है ताकि महिमा गणी ना आवै कांखी एक दर्स तुहारो नानक उन संग मोहे अधारो सुखमणि सुख अमृत प्रभ नाम भगत जना के मन विश्राम आठ पहर जन हर हर जपे हर का भगत प्रगट नहीं छपे दर्शन मांगो दे प्यारे तुमरी सेवा कौन कौन न तारे कौन कौन न तारे जिस नीच को कोई ना जाने नाम जपत ओ चौकूंठ माने नाम जपत ओ चौकूंठ माने जाके निकट न आवे कोई सगल श्रीष्ट उआ के चरण मल तोई चरण मल तोई जो प्राणी कहूँ न आवत काम संत प्रसाता को जपिए नाम संत प्रसाता को जपिए नाम साध संग मन सोवत जागे तब प्रभ नानक मीठे लागे तब प्रभ नानक मीठे लागे दर्शन मांगो दे प्यारे तुमरी सेवा कौन कौन न तारे कौन कौन न तारे भगत जना की उत्तम बाणी गावे अकथ कथा नितन्यारी सफल जन प्यात नकेरा आप तरे को उतारी अमृत बाणी भगत जना की मेरी जिंदड़िए मन सुनिए हर ले बुलाए राम चिरे बिछुना हर प्रभ पाया गल मिलया सहज सुभाए राम जन नानक मन आनंद पया है मेरी जिंदड़िए अनहद शब्द बजाए राम।